अज्जे जिहड़ी प्रेस कॉन्फ्रेंस रखी गई है ये तुहानू इनफॉर्मेशन देण लई है कि जिहड़े बलकौर सिंह ने जिहड़े मूसे पिंड दे रहण वाले ने लेट शुभदीप मूसे वाले दे फादर ने इन्हां नू धमकियां आईयां सी तीन ईमेल्स आईयां सी इन्हां नू एक 18 फरवरी नू आई है 24 फरवरी नू आई है ते 26 फरवरी नू आई है ते उस तो बाद एक सबसीक्वेंटली 27 फरवरी नू एक होर मेल आई सी सो इन्हां ईमेल्स दा कॉग्निसेंस लैंदे हुए असी परचा दर्ज कीता सी सदर थाने विच इस एफ आई आर 384/546 नंबर एफ आई आर दर्ज की गई सी इहदी तफतीश लई टीम बनाई गई सी सदर मानसा दी CIA दी अते साइबर सैल दी साइबर सैल दी जिहड़ियां इनपुट सी उहदे मदद नाल एक जिहड़ा इहदे च बच्चा सीगा 14 साल दा उहनूं असी ट्रेस कीता कि जिन्ने मेल्स भेजियां सी उहदी ईमेल्स तों ही इह गईआं ने उहने ही ईमेल्स भेजियां सी उहनूं असी शामल तफतीश कर लिया ज्वाइन कर लिया इन्वेस्टिगेशन जुविनाइल कोर्ट च उहनूं पेश करांगे ते जिहड़ी अगली इन्वेस्टिगेशन है उहदे विच सारी गल सामने आऊगी कि इहने क्यों कीता बट हजे तक जिहड़ी साडी तफतीश होई है उस तफतीश विच इह बहुत क्लीयर है कि इहदा किसे भी गैंगस्टर नाल कोई इन टच नहीं सी किसे गैंगस्टर नाल कोई एसोसीएशन नहीं सी दसवीं च पढ़ता है सिर्फ इन्हें मेल करती उन्हां नूं धमकाउण वास्ते उहदा कारण की है वह इन्वेस्टिगेशन च सामने आऊगा ਸਰ ਇੱਕ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਸੰਬੋਧਨ 'ਚ ਕਿਹਾ ਸੀਗਾ ਕਿ ਬੱਚਿਆਂ ਤੋਂ ਮੋਹਰਾ ਬਣਾ ਕੇ ਉਹ ਕਰ ਦਿੰਦਾ ਉਹਨਾਂ ਲਈ ਕੋਈ ਕਾਨੂੰਨ ਨਹੀਂ ਹੈਗਾ ਜਿਵੇਂ ਸ਼ੂਟਰ 'ਚ ਵੀ ਇੱਕ ਬੱਚਾ ਸੀਗਾ ਨਹੀਂ ਦੇਖੋ ਜਿਹੜਾ ਕਾਨੂੰਨ ਹੈਗਾ ਉਹਦੇ ਮੁਤਾਬਕ ਹੀ ਅਸੀਂ ਪਰਚਾ ਦਰਜ ਕੀਤਾ ਪਰਚਾ ਦਰਜ ਕਰਕੇ ਉਹਦੇ 'ਚ ਤਫਤੀਸ਼ ਕੀਤੀ ਜਾ ਰਹੀ ਹੈ ਉਹਨੂੰ ਲਿਆਂਦਾ ਵੀ ਉਹਦੀ ਪੁੱਛਗਿੱਛ ਵੀ ਕਰਾਂਗੇ ਪੁੱਛਗਿੱਛ ਕਰਕੇ ਜਿਹੜੀ ਚੀਜ਼ ਸਾਹਮਣੇ ਆਊਗੀ ਉਹਦੇ ਹਿਸਾਬ ਨਾਲ ਅਗਲੀ ਕਾਰਵਾਈ ਲਿਆਵਾਂਗੇ ਬਟ ਇਹ ਮੈਂ ਬੜਾ ਕੈਟਾਗੋਰੀਕਲੀ ਤੁਹਾਨੂੰ ਫਿਰ ਦੱਸਣਾ ਚਾਹੁੰਦਾ ਇਹ ਦੁਬਾਰਾ ਵੀ ਮੈਂ ਰਿਪੀਟ ਕਰ ਰਿਹਾ ਐਟ ਦਾ ਕੋਸਟ ਆਫ ਰਿਪੀਟੀਸ਼ਨ ਮੈਂ ਕਹਿ ਰਿਹਾ ਕਿ ਇਹਦੇ ਵਿੱਚ ਕੋਈ ਵੀ ਹਜੇ ਤੱਕ ਗੈਂਗਸਟਰ ਵਾਲਾ ਐਂਗਲ ਸਾਹਮਣੇ ਨਹੀਂ ਆਇਆ ਅੱਜ ਉਹ ਵਿਧਾਨ ਸਭਾ 'ਚ ਵੀ ਬਹਿ ਕੇ ਜਾ ਕੇ ਇਹੋ ਜਿਹਾ ਕਿਹੜਾ ਇਨਸਾਫ਼ ਰਹਿ ਰਿਹਾ ਜੀ ਪੁਲਿਸ ਤੋਂ ਜਿਹੜਾ ਨਹੀਂ ਹੋ ਰਿਹਾ ਜਿਹਦੀ ਮੰਗ ਕਰ ਰਹੇ ਦੇਖੋ ਜਿਹੜਾ ਮੇਨ ਕੇਸ ਹੈ 103 ਨੰਬਰ ਐਫ ਆਈ ਆਰ ਹੈ 2022 ਦੀ ਜਿਹਦੇ ਵਿੱਚ ਸ਼ੁਭਦੀਪ ਦਾ ਮਰਡਰ ਹੋ ਗਿਆ ਸੀ ਸਿੱਧੂ ਮੂਸੇਵਾਲੇ ਦਾ ਉਹਦੇ ਵਿੱਚ ਅਸੀਂ 29 ਬੰਦੇ ਅਰੈਸਟ ਕਰ ਚੁੱਕੇ ਹਾਂ ਜਿਹੜੇ ਬਾਹਰ ਨੇ 6 ਬੰਦੇ ਬਾਹਰ ਨੇ ਉਹਨਾਂ ਦਾ ਐਕਸਟ੍ਰੈਡੀਸ਼ਨ ਦਾ ਕੰਮ ਚੱਲ ਰਿਹਾ RCN ਦਾ ਚੱਲ ਰਿਹਾ ਸਚਿਨ ਬਿਸ਼ਨੋਈ ਦਾ ਐਕਸਟ੍ਰੈਡੀਸ਼ਨ ਦਾ ਕੰਮ ਕਾਫੀ ਐਡਵਾਂਸ ਸਟੇਜ 'ਤੇ ਹੈ ਗੋਲਡੀ ਬਰਾੜ ਦਾ ਇਹਦਾ ਐਕਸਟ੍ਰੈਡੀਸ਼ਨ ਦਾ ਕੰਮ ਚੱਲ ਰਿਹਾ ਸੋ ਜਿਹੜੇ ਬੰਦੇ ਇੱਥੇ ਦੇਸ਼ 'ਚ ਹੈਗੇ ਉਹ ਸਾਰੇ ਅਰੈਸਟ ਹੋ ਚੁੱਕੇ ਨੇ ਰਿਕਵਰੀਜ਼ ਹੋ ਚੁੱਕੀ ਹੈ ਗੱਡੀਆਂ ਜਿਹੜੀਆਂ ਯੂਜ਼ ਹੋਈਆਂ ਸੀ ਉਹ ਸਾਰੀਆਂ ਰਿਕਵਰ ਹੋ ਚੁੱਕੀ ਹੈ ਜਿਹੜੇ ਵੈਪਨ ਯੂਜ਼ ਹੋਏ ਸੀ ਉਹ ਰਿਕਵਰ ਹੋ ਚੁੱਕੇ ਹੈ ਇਨਫੈਕਟ 2 ਬੰਦੇ ਲਾਈਵ ਐਨਕਾਊਂਟਰ 'ਚ ਤੁਹਾਨੂੰ ਪਤਾ ਅੰਮ੍ਰਿਤਸਰ ਮਾਰੇ ਵੀ ਗਏ ਸੀ ਜਿਹੜੇ ਮੇਨ ਸ਼ੂਟਰਾਂ 'ਚੋਂ ਸੀਗੇ ਸੋ ਕਾਫੀ ਕੰਮ ਇਹਦੇ ਵਿੱਚ ਪੁਲਿਸ ਵੱਲੋਂ ਕੀਤਾ ਗਿਆ ਜਿਹੜੇ ਐਕਸਟ੍ਰੈਡੀਸ਼ਨ ਦਾ ਕੰਮ ਹੈ ਜਿਹੜੇ ਬਾਹਰ ਨੇ ਉਹ ਵੀ ਅਸੀਂ ਜਲਦੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਨੂੰ ਵੀ ਵਾਪਸ ਲਿਆ ਕੇ ਅਤੇ ਅਦਾਲਤ ਦੇ ਸਾਹਮਣੇ ਪੇਸ਼ ਕੀਤਾ ਜਾਵੇ ਤਾਂ ਜੋ ਜਿਹੜੀ ਬਣਦੀ ਕਾਰਵਾਈ ਅਦਾਲਤ ਵੱਲੋਂ ਕੀਤੀ ਜਾ ਸਕੇ ਸਿੱਧੂ ਮੂਸੇਵਾਲੇ ਪਿਤਾ ਜੀ ਨੇ ਕਿਹਾ ਸੀ ਵੀ ਜਿਨ੍ਹਾਂ ਨੇ ਸਕਿਉਰਟੀ ਵਾਪਸ ਲੈਣ 'ਤੇ ਮੀਡੀਆ ਵਿੱਚ ਆਏ ਨੇ ਉਹਨਾਂ 'ਤੇ ਕੋਈ ਕਾਰਵਾਈ ਨਹੀਂ ਹੋ ਰਹੀ ਦੇਖੋ ਜਿਹੜੇ ਵੀ ਬੰਦੇ ਦਾ ਜਿੰਨਾ ਰੋਲ ਹੋਊਗਾ ਇਸ ਕੇਸ ਵਿੱਚ 103 ਨੰਬਰ ਜਿਹੜਾ ਮਰਡਰ ਵਾਲਾ ਕੇਸ ਹੈ ਜਿਹਦਾ ਜਿੰਨਾ ਰੋਲ ਹੋਏਗਾ ਉਹਦਾ ਉਨੀ ਜ਼ਰੂਰ ਹੋਏ ਅਤੇ ਕਾਰਵਾਈ ਹੋਊਗੀ ਜਿਹੜੇ ਵੀ ਬੰਦਿਆਂ 'ਤੇ ਇਹਨਾਂ ਨੇ ਸ਼ੱਕ ਜ਼ਾਹਰ ਕੀਤਾ ਉਹ ਸਾਰਿਆਂ ਨੂੰ ਸ਼ਾਮਲ ਤਫਤੀਸ਼ ਵੀ ਕੀਤਾ ਗਿਆ ਪੁੱਛਗਿੱਛ ਵੀ ਕੀਤੀ ਗਈ ਹੈ ਤੁਹਾਡੇ ਸਾਹਮਣੇ ਬੱਬੂ ਮਾਨ ਨੂੰ ਵੀ ਬੁਲਾਇਆ ਗਿਆ ਅਜੇਪਾਲ ਮਿੱਡੂ ਖੇੜਾ ਨੂੰ ਵੀ ਬੁਲਾਇਆ ਗਿਆ ਇੱਥੋਂ ਮਨਕੀਰਤ ਔਲਖ ਨੂੰ ਵੀ ਬੁਲਾਇਆ ਗਿਆ ਇੱਕ ਪਰਵ ਨਿਸ਼ਾਨ ਸੀ ਉਹਨੂੰ ਬੁਲਾਇਆ ਗਿਆ ਉਸ ਤੋਂ ਬਾਅਦ ਪ੍ਰੇਮ ਢਿੱਲੋਂ ਨੂੰ ਬੁਲਾਇਆ ਗਿਆ ਹੋਰ ਵੀ ਬੜੇ ਲੋਕ ਨੇ ਜਿਨ੍ਹਾਂ ਦਾ ਇਹਨਾਂ ਨੇ ਜ਼ਾਹਰ ਕੀਤਾ ਸੀ ਕਿ ਇਹਨਾਂ ਦੀ ਇਨਵੋਲਵਮੈਂਟ ਹੋ ਸਕਦੀ ਉਹਨਾਂ ਸਾਰਿਆਂ ਨੂੰ ਅਸੀਂ ਬੁਲਾ ਕੇ ਉਹਨਾਂ ਦੀ ਪੁੱਛਗਿੱਛ ਕੀਤੀ ਉਹਨਾਂ ਦਾ ਕੋਈ ਲਿੰਕ ਨਜ਼ਰ ਆਇਆ ਜੀ ਇਨਵੈਸਟੀਗੇਸ਼ਨ ਹੁਣ ਤੱਕ ਇਨਵੈਸਟੀਗੇਸ਼ਨ ਦੇਖੋ ਆਨਗੋਇੰਗ ਪ੍ਰੋਸੈਸ ਹੈ ਅਸੀਂ ਇਹ ਤੁਹਾਨੂੰ ਦੱਸਣਾ ਚਾਹਾਂਗੇ ਕਿ ਜਿਹੜਾ ਵੀ ਸਾਡੇ ਕੋਲ ਕੋਈ ਇਨਫੋਰਮੇਸ਼ਨ ਆ ਰਹੀ ਹੈ ਉਸ ਇਨਫੋਰਮੇਸ਼ਨ ਨੂੰ ਆਪਾਂ ਵੈਰੀਫਾਈ ਵੀ ਕਰ ਰਹੇ ਹਾਂ ਪੁੱਛਗਿੱਛ ਵੀ ਕਰ ਰਹੇ ਹਾਂ ਟੈਕਨੀਕਲ ਏਡਸ ਵੀ ਆਪਾਂ ਯੂਜ਼ ਕਰ ਰਹੇ ਹਾਂ ਅਤੇ ਅੱਗੇ ਵੀ ਯੂਜ਼ ਕਰਾਂਗੇ ਇਹੋ ਜਿਹਾ ਅਸੀਂ ਇਹ ਨਹੀਂ ਕਹਿ ਸਕਦੇ ਕਿ ਇਹਦੀ ਇਨਵੈਸਟੀਗੇਸ਼ਨ ਅਸੀਂ ਖਤਮ ਕਰਤੀ ਸੋ ਇਨਵੈਸਟੀਗੇਸ਼ਨ ਆਨਗੋਇੰਗ ਪ੍ਰੋਸੈਸ ਹੈ ਜਿਹਦਾ ਜਿੰਨਾ ਰੋਲ ਆਊਗਾ ਉਹ 'ਤੇ ਕਾਰਵਾਈ ਕਈ ਵਾਰੀ ਉਹਨਾਂ ਨੇ ਬਲਤੇਜ ਬੰਨੂ ਦਾ ਨਾਮ ਵੀ ਲਿੱਤਾ ਜੀ ਬਲਤੇਜ ਬੰਨੂ ਦੀ ਡਿਮਾਂਡ ਕਰ ਰਹੇ ਆ ਵੀ ਬਲਤੇਜ ਬੰਨੂ ਨੇ ਸੀਕ੍ਰੇਸੀ ਕਲੀਕ ਕੀਤੀ ਹੈ ਕਿਉਂਕਿ ਜੇ ਮਨਪ੍ਰੀਤ ਤਰਈਆ ਮਨਪ੍ਰੀਤ ਤੂਫਾਨ ਨੂੰ ਅਰੈਸਟ ਕੀਤਾ ਜਾ ਸਕਦਾ ਇਸ ਕਤਲ 'ਚ ਤਾਂ ਉਹ ਕਹਿੰਦੇ ਬਲਤੇਜ ਬੰਨੂ ਨੂੰ ਕਿਉਂ ਨਹੀਂ ਕੀਤਾ ਜਾ ਸਕਦਾ ਵੀ ਜਿਹਨੇ ਸਾਰਾ ਕੁਝ ਕਰਵਾਇਆ ਦੇਖੋ ਜਿਹੜੀ ਗੱਲ ਉਹਨਾਂ ਨੇ ਕਹੀ ਹੈ ਸਿਕਿਉਰਿਟੀ ਲੀਕ ਦੀ ਮੈਂ ਅੱਜ ਵੇਖਿਆ ਵੀ ਵਿਧਾਨ ਸਭਾ 'ਚ ਵੀ ਉਹਨਾਂ ਨੇ ਉਹ ਪੋਸਟਰ ਰੱਖਿਆ ਹੋਇਆ ਨਾਲ ਬਲਤੇਜ ਬੰਨੂ ਦਾ ਕਿ ਉਹਨਾਂ ਨੇ ਉਹਦੇ 'ਚ ਲਿਖਿਆ ਸੋ ਜਿਵੇਂ ਮੈਂ ਤੁਹਾਨੂੰ ਪਹਿਲਾਂ ਕਿਹਾ ਜਿਹਦਾ ਜਿੰਨਾ ਰੋਲ ਹੋਊਗਾ ਜਿਸ ਹਿਸਾਬ ਨਾਲ ਰੋਲ ਹੋਏਗਾ ਉਹਦੇ 'ਤੇ ਕਾਰਵਾਈ ਹੋਏਗੀ ਚਾਹੇ ਕੋਈ ਵੀ ਹੋਵੇ ਇਹ ਇਨਵੈਸਟੀਗੇਸ਼ਨ ਚੱਲ ਰਹੀ ਹੈ ਆਨਗੋਇੰਗ ਪ੍ਰੋਸੈਸ ਹੈ ਜਿਹਦਾ ਵੀ ਅੱਗੇ ਵੀ ਰੋਲ ਆਊਗਾ ਇਨਫੈਕਟ ਜਿਹੜਾ ਹੁਣ ਤੱਕ ਉਹਨਾਂ ਨੇ ਦੱਸਿਆ ਉਸ ਤੋਂ ਇਲਾਵਾ ਵੀ ਜੇ ਕੋਈ ਲੱਗਦਾ ਕਿ ਕਿਸੇ ਦਾ ਰੋਲ ਹੈ ਤਾਂ ਉਹਦੇ 'ਤੇ ਵੀ ਕਾਰਵਾਈ ਹੋਊਗੀ ਕੀ ਬਲਤੇਜ ਬੰਨੂ ਨੂੰ ਬੁਲਾਇਆ ਜਾਊਗਾ ਪੁਲਿਸ ਇਨਵੈਸਟੀਗੇਸ਼ਨ ਜੇ ਉਹਦੀ ਲੋੜ ਹੋਏਗੀ ਬਿਲਕੁਲ ਬੁਲਾਇਆ ਜਾਊ ਸਰ ਜਦੋਂ ਪੰਜਾਬ ਪੁਲਿਸ ਕੰਮ ਕਰ ਰਹੀ ਆ ਤਾਂ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਕਿਤੇ ਸੰਤੁਸ਼ਟ ਨਹੀਂ ਇਸ ਲਈ ਅੱਜ ਵਿਧਾਨ ਸਭਾ ਗਏ ਨੇ
नहीं उदे विधानसभा जाण दा कारण उही दस सकदे ते मैं उदे बारे नहीं कमेंट कर सकदा। मैं तां तफतीश बारे तुहानूं दस सकदा जिहड़ी असीं कीती है, जिहड़ा पुलिस वल्लों काम कीता गया उहदे बारे दस सकदा। उहदे बारे जे तुहाडा कोई सवाल है ते उहदे मैं जवाब तुहानूं दे सकदा। गोल्डी बराड़ ते दूजिआं दा प्रोसैस कित्थों तक पहुंचिआ? ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈ, ਮੈਂ ਤੁਹਾਨੂੰ ਨਹੀਂ ਦੱਸ ਸਕਦਾ। ਆਈ ਕੈਨੋਟ ਲੀਕ ਇਟ ਆਊਟ ਕਿ ਕਿੱਥੇ ਤੱਕ ਪਹੁੰਚ ਗਿਆ, ਬਟ ਕਾਫੀ ਐਡਵਾਂਸ ਸਟੇਜ 'ਤੇ। ਜਿਸ ਤਰ੍ਹਾਂ ਪਹਿਲਾਂ ਕਿਹਾ ਗਿਆ ਸੀ ਕਿ ਗੋਲਡੀ ਬਰਾੜ ਨੂੰ ਜਿਹੜਾ ਉੱਥੋਂ ਡਿਟੇਨ ਕਰਕੇ ਜਲਦ ਲਿਆਂਦਾ ਜਾਊਗਾ, ਪਰ ਕਾਫੀ ਸਮਾਂ ਬੀਤ ਗਿਆ, ਪਰਿਵਾਰ ਵੀ ਕਹਿ ਰਹੇ ਹੈਗਾ। ਨਹੀਂ, ਐਕਸਟ੍ਰੈਡੀਸ਼ਨ ਦਾ ਪ੍ਰੋਸੈਸ ਦੇਖੋ, MEA ਵੀ ਵਿੱਚ ਇਨਵੋਲਵਡ ਹੁੰਦਾ, MHA ਵੀ ਇਨਵੋਲਵਡ ਹੁੰਦਾ, ਦੂਜੀ ਕੰਟਰੀ ਵੀ ਇਨਵੋਲਵਡ ਹੁੰਦੀ। ਸੋ ਸਾਰੇ ਕੋਸ਼ਿਸ਼ ਕਰ ਰਹੇ ਕਿ ਅਸੀਂ ਜਿੰਨੀ ਜਲਦੀ ਤੋਂ ਜਲਦੀ ਹੋ ਸਕੇ ਕਰੀਏ। ਅਸੀਂ ਸੈਂਟਰਲ ਗਵਰਨਮੈਂਟ ਨਾਲ ਵੀ, ਪੰਜਾਬ ਗਵਰਨਮੈਂਟ ਵੀ ਟੇਕਅਪ ਕਰ ਰਹੀ ਹੈ, ਪੰਜਾਬ ਗਵਰਨਮੈਂਟ ਨਾਲ ਅਸੀਂ ਟੇਕਅਪ ਕਰ ਰਹੇ ਹਾਂ। ਸੋ ਇਹਨੂੰ ਜਲਦੀ ਹੀ ਲਿਆਂਦਾ ਜਾਊ। ਸਰ, ਕੀ ਗੋਲਡੀ ਬਰਾੜ ਡਿਟੇਨ ਕੀਤਾ ਹੋਇਆ ਉੱਥੇ? ਜਿਵੇਂ ਮੈਂ ਕਿਹਾ, ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈ। ਮੈਂ ਤੁਹਾਨੂੰ ਡਿਟੇਲਸ ਇਹਦੀਆਂ, ਐਕਸਟ੍ਰੈਡੀਸ਼ਨ ਦੀਆਂ ਜਾਂ ਕਿਸੇ ਵੀ ਬੰਦੇ ਦੀਆਂ ਜਿਹੜਾ ਹਜੇ ਤੱਕ ਸਾਡੇ ਕੋਲ ਅਰੈਸਟਡ ਨਹੀਂ ਹੈਗਾ, ਉਹ ਮੈਂ ਸ਼ੇਅਰ ਨਹੀਂ ਕਰ ਸਕਦਾ। ਸਰ, ਮੁੱਖ ਮੰਤਰੀ ਪੰਜਾਬ ਜਦੋਂ ਆਪ ਬੋਲ ਰਹੇ ਹੈ ਗੋਲਡੀ ਬਰਾੜ ਡਿਟੇਨ ਕਰ ਲਿਆ ਤੇ ਅਸੀਂ ਲੈ ਕੇ ਆਵਾਂਗੇ, ਤਾਂ ਕੁਝ ਪੁਲਿਸ ਉਹ ਵੀ ਉਦਾਂ ਇਨਵੈਸਟੀਗੇਸ਼ਨ ਨਹੀਂ ਰਹੀ? ਜਿਹੜੀ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ, ਉਸ ਇਨਫੋਰਮੇਸ਼ਨ ਦੇ ਬੇਸਿਸ ਤੇ ਅਸੀਂ ਐਕਸਟ੍ਰੈਡੀਸ਼ਨ ਦਾ ਪ੍ਰੋਸੈਸ ਮੂਵ ਕੀਤਾ।